a South Asian Canadian channel. ਇੱਕ ਪੁਰਾਣੀ ਕਹਾਵਤ ਹੈ ਕਿ ਮਾਂ ਪਿਓ ਕਦੇ ਆਪਣੇ ਬੱਚੇ ਦਾ ਬੁਰਾ ਨਹੀਂ ਸੋਚ ਸਕਦੇ, ਲੇਕਿਨ ਪੁੱਤ ਕਪੁੱਤ ਹੋ ਸਕਦਾ ਹੈ। ਇਸ ਕਹਾਵਤ ਨੂੰ ਸੁਣਿਆ ਕਈ ਵਾਰ ਸੀ, ਲੇਕਿਨ ਇਹ ਵੇਖਣ ਨੂੰ ਮਿਲਿਆ ਜਲੰਧਰ ਦੇ ਭਗਪੁਰ ਦੇ ST ਸੋਲਜਰ ਕਲੋਨੀ ਵਿੱਚ, ਜਿੱਥੇ ਇੱਕ ਰਿਟਾਇਰਡ ਫੌਜੀ ਨੇ ਆਪਣੇ 90 ਸਾਲ ਤੋਂ ਉੱਪਰ ਬਜ਼ੁਰਗ ਪਿਤਾ ਨੂੰ ਘਰ ਤੋਂ ਕੱਢ ਦਿੱਤਾ। ਬਜ਼ੁਰਗ ਪਿਤਾ ਆਪਣੇ ਹੀ ਘਰ ਦੇ ਬਾਹਰ ਆਪਣੇ ਆਸ਼ਿਆਨੇ ਦੇ ਲਈ ਫਰਿਆਦ ਕਰ ਰਿਹਾ, ਕਿਉਂਕਿ ਉਸਦੇ ਬੇਟੇ ਅਤੇ ਬਹੂ ਨੇ ਉਸਨੂੰ ਘਰ ਤੋਂ ਕੱਢ ਦਿੱਤਾ। ਸੁੱਚਾ ਸਿੰਘ ਨਾਮਕ ਬਜ਼ੁਰਗ ਦਾ ਕਹਿਣਾ ਹੈ ਕਿ ਉਸਨੇ ਆਪਣੀ ਜ਼ਿੰਦਗੀ ਭਰ ਦੀ ਕਮਾਈ ਆਪਣੇ ਬੇਟੇ ਨੂੰ ਇਸ ਘਰ ਨੂੰ ਬਣਾਉਣ ਦੇ ਲਈ ਦੇ ਦਿੱਤੀ, ਲੇਕਿਨ ਅੱਜ ਉਸਦਾ ਲੜਕਾ ਉਸਨੂੰ ਘਰ ਤੋਂ ਕੱਢ ਰਿਹਾ ਹੈ। ਸਹੁਰਾ ਬਿਮਾਰ ਸੀ ਤੇ ਇਹਨਾਂ ਜਾਣਾ ਸੀ 3-4 ਦਿਨ ਵਾਸਤੇ, ਤੇ ਮੈਨੂੰ ਕਹਿੰਦਾ ਘਰੋਂ ਬਾਹਰ ਨਿਕਲ ਜਾ। ਕਿਹਨਾਂ ਨੇ ਕਿਹਾ ਘਰੋਂ ਬਾਹਰ ਨਿਕਲਣਾ? ਮੁੰਡੇ ਨੇ ਤੇ ਨੂੰ ਨੇ। ਤੁਹਾਡੇ ਬੇਟੇ ਨੇ? ਹਾਂ, ਦੋਵਾਂ ਜੀਆਂ ਨੇ। ਤੇ ਉਹ ਦੋਨੇ ਜਣੇ ਇਸ ਟਾਈਮ ਕਿੱਥੇ ਜੀ? ਇੱਥੇ ਹੀ ਨਵਾਂ। ਕਿਉਂਕਿ ਤੁਸੀਂ ਕਿੱਦਣ ਤੋਂ ਘਰੋਂ ਬਾਹਰ ਬੈਠੇ? 4 ਦਿਨਾਂ ਤੋਂ। ਤੁਸੀਂ ਕਿਸੇ ਪੁਲਿਸ ਨੂੰ ਜਾਂ ਕਿਸੇ ਨੂੰ ਕੋਈ ਦਰਖਾਸਤ ਦਿੱਤੀ? ਇੱਦਾਂ ਕਦੀ ਕਿਸੇ ਦੇ ਘਰ, ਕਦੀ ਕਿਸੇ ਦੇ ਘਰ। ਉੱਥੇ ਹੀ ਇਸ ਬਜ਼ੁਰਗ ਦੇ ਬੇਟੇ ਦਾ ਕਹਿਣਾ ਹੈ ਕਿ ਉਸਦੇ ਪਿਤਾ ਦੀ ਹਰਕਤਾਂ ਹੀ ਇਸ ਤਰ੍ਹਾਂ ਦੀਆਂ ਹਨ ਕਿ ਉਸ ਨੂੰ ਘਰ ਵਿੱਚ ਨਹੀਂ ਰੱਖਿਆ ਜਾ ਸਕਦਾ। ਉਸਨੇ ਇੱਥੋਂ ਤੱਕ ਕਿਹਾ ਕਿ ਉਸਦੇ ਪਿਤਾ ਨੇ ਜਿੰਨੇ ਵੀ ਪੈਸੇ ਇਸ ਘਰ ਨੂੰ ਬਣਾਉਣ ਲਈ ਦਿੱਤੇ ਨੇ, ਉਹ ਉਹਨਾਂ ਨੂੰ ਵਾਪਸ ਦੇ ਦੇਵੇਗਾ। ਇਹ ਚੁਗਲਖੋਰ ਬਹੁਤ ਆਦਮੀ ਹੈ। ਅਸੀਂ ਗਏ 1-2 ਦਿਨ ਵਾਸਤੇ ਬਾਹਰ ਗਏ ਤੇ ਇਹਨੇ ਮਗਰੋਂ ਤਾਲੇ ਤੋੜਾਂ ਲੱਗਾ ਸੀ ਘਰ ਦੇ। ਇਹ ਤੁਹਾਡੇ ਅਸਲੀ ਬਾਪ ਆ ਕੇ ਇਹਨਾਂ ਕੋਲ ਲਿਆ ਸੀ ਤੁਹਾਨੂੰ? ਬਾਪ ਨੂੰ ਕਹਿੰਦਾ ਨਹੀਂ, ਗੁੱਸੇ ਨਾਲ ਫਿਰ ਕਹਿ ਜਾਂਦਾ ਨਹੀਂ। ਪਹਿਲਾਂ ਤੁਸੀਂ ਕੁੱਤਾ ਕਿਹਾ, ਤੁਹਾਡੀ ਮਿਸਿਜ ਨੇ ਵੀ ਥੱਪੜ ਮਾਰੇ ਤੁਹਾਡੇ ਬਾਪ ਨੇ ਤੁਹਾਨੂੰ? ਕੋਈ ਥੱਪੜ ਨਹੀਂ ਮਾਰੇ। ਥੱਪੜ ਕੋਈ ਨਹੀਂ ਮਾਰਿਆ? ਨਹੀਂ ਸਰ। ਬਾਪ ਤੁਹਾਡਾ ਸਕਾ ਹੈ ਤੇ ਸਕਾ ਜੀ। ਸਰ, ਜਿਹੜਾ ਪੈਸੇ ਦਾ ਮਾਮਲਾ ਕੀ ਹੈ ਜੀ? ਕੋਈ ਪੈਸਾ ਵੀ ਦਿੱਤਾ ਉਹਨਾਂ ਨੇ ਤੁਹਾਨੂੰ? ਪੈਸੇ ਦਿੱਤੇ ਨੇ। ਕਿੰਨੇ ਪੈਸੇ ਦਿੱਤੇ ਆ? 1,37,000। ਉਹ ਤੁਸੀਂ ਵਾਪਸ ਉਹਨਾਂ ਨੂੰ ਕਿਉਂ ਨਹੀਂ ਦੇ ਰਹੇ? ਤੋ ਹੈ ਨਹੀਂ ਸਾਡੇ ਕੋਲ। ਤੁਸੀਂ ਹੁਣੇ ਤਾਂ ਕਹਿੰਦੇ ਵੀ ਤੁਹਾਡੇ ਕੋਲ ਪੈਸੇ ਹੈਗੇ ਆ। ਨਹੀਂ, ਮੈਂ ਨਹੀਂ ਕਿਹਾ ਮੇਰੇ ਕੋਲ। ਤੁਸੀਂ ਕਿਉਂ ਨਹੀਂ ਦੇ ਰਹੇ ਪੈਸੇ ਵਾਪਸ ਉਹਨਾਂ ਨੂੰ ਫਿਰ? ਜਦੋਂ ਇਸ ਮਾਮਲੇ ਵਿੱਚ ਕਲੋਨੀ ਵਾਸੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲਿਸ ਮੌਕੇ ਉੱਤੇ ਪਹੁੰਚੀ ਅਤੇ ਪੁਲਿਸ ਦੇ ਅਨੁਸਾਰ ਮਾਮਲੇ ਦੀ ਤਫਤੀਸ਼ ਕਰਨ ਤੋਂ ਬਾਅਦ ਹੀ ਇਸ ਮਾਮਲੇ ਵਿੱਚ ਕੋਈ ਕਾਰਵਾਈ ਕੀਤੀ ਜਾਵੇਗੀ। ਬੇਟੇ ਹੈਗੇ ਆ ਤੁਹਾਡੇ ਸਾਹਮਣੇ, ਹੁਣ ਗਾਲ ਗਲੋਚ ਵੀ ਕਰ ਰਹੇ ਹੈਗੇ ਆ। ਅੱਜ ਇਨਸਾਨੀ ਕਦਰਾਂ ਕੀਮਤਾਂ ਇਸ ਕਦਰ ਖਤਮ ਹੁੰਦੀਆਂ ਜਾ ਰਹੀਆਂ ਨੇ ਕਿ ਮਾਂ ਬਾਪ ਪੁੱਤ ਦੇ ਰਿਸ਼ਤੇ ਕਮਜ਼ੋਰ ਹੁੰਦੇ ਜਾ ਰਹੇ ਨੇ। ਜੋ ਪਿਤਾ ਆਪਣੇ ਬੱਚੇ ਦੇ ਲਈ ਸਾਰਾ ਕੁਛ ਨਿਛਾਵਰ ਕਰਨ ਦੇ ਲਈ ਤਿਆਰ ਰਹਿੰਦਾ ਸੀ, ਅੱਜ ਉਸਦਾ ਲੜਕਾ ਹੀ ਉਸ ਤੋਂ ਤੰਗ ਹੈ। ਜਦਕਿ ਉਸਨੂੰ ਇਹ ਨਹੀਂ ਪਤਾ ਕਿ ਕੱਲ੍ਹ ਉਸਨੇ ਵੀ ਪਿਤਾ ਬਣਨਾ ਹੈ ਅਤੇ ਅੱਜ ਜੋ ਉਹ ਆਪਣੇ ਮਾਪਿਆਂ ਨਾਲ ਕਰ ਰਿਹਾ, ਕੱਲ੍ਹ ਉਸਦੇ ਬੱਚੇ ਵੀ ਉਸ ਨਾਲ ਕਰਨਗੇ। ਜਲੰਧਰ ਤੋਂ ਮਨਵੀਰ ਸਭਰਵਾਲ ਦੀ ਰਿਪੋਰਟ। A South Asian Canadian channel.